بسم اللہ الرحمن الرحیم السلام علیکم جی رمضان المبارک ਦਾ ਬਬਰਕਤ ਮਹੀਨਾ ਚੱਲ ਰਿਹਾ ਹੈ الحمدللہ ਖੁਸ਼ ਹੋ ਕਿ ਤੁਸੀਂ ਵੀ ਬਹੁਤ ਅੱਛੇ ਤਰੀਕੇ ਨਾਲ ਰਮਜ਼ਾਨ ਦਾ ਮਹੀਨਾ گزار ਰਹੇ ਹੋਵੋਗੇ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਅਸੀਂ ਆਲੂ ਦੇ ਕਬਾਬ ਬਣਾ ਰਹੇ ਹਾਂ ਬਿਨਾ ਵਕਜ਼ਾਇਆ ਕੀਤੇ ਵੀਡੀਓ ਸ਼ੁਰੂ ਕਰ ਲੈਣੇ ਆ ਆਲੂ ਦੇ ਕਬਾਬ ਬਣਾਉਣ ਵਾਸਤੇ ਪਹਿਲੇ ਅਸੀਂ ਆਲੂ ਲਵਾਂਗੇ 70% ਅਸੀਂ ਇਹਨੂੰ ਬੋਇਲ ਕੀਤਾ ਹੈ 3 ਤੋਂ 4 ਅਦਦ ਮੀਡੀਅਮ ਸਾਈਜ਼ ਦੇ आलू ਲੈਨੇ پہلے ਮੈਂ ਇਹਨਾਂ ਨੂੰ ਮੈਸ਼ ਕਰ ਲਵਾਂਗੀ ਬਿਲਕੁਲ ਇਸ طرح ਹਾਂ ਫਾਈਨਲੀ ਤੁਸੀਂ ਦੇਖ ਸਕਦੇ ਹੋ ਕਿ ਆਲੂ ਮੈਸ਼ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਚ ਬਾਕੀ ਦੇ ਇੰਗਰੀਡੀਅੰਟਸ ਵੀ ਐਡ ਕਰ ਲੈਨੇ ਆਂ ਪਹਿਲੇ ਅਸੀਂ ਦੋ ਚੁਟਕੀ ਹਲਦੀ ਲਵਾਂਗੇ ਹਾਫ ਚਮਚ ਅਸੀਂ ਪੀਸੀ ਹੋਈ ਲਾਲ ਮਿਰਚ ਲਵਾਂਗੇ ਹਸਬੇ ਜ਼ਰੂਰਤ ਨਮਕ ਐਡ ਕਰ ਲੈਨੇ ਆਂ ਤੇ ਇਹਦੇ ਨਾਲ ਹੀ ਅਸੀਂ 1/4 ਚਮਚ ਕਾਲੀ ਮਿਰਚ ਐਡ ਕਰ ਲੈਨੇ ਆਂ ਔਰ 1/4 ਚਮਚ ਹੀ ਅਸੀਂ ਖੁਸ਼ਕ ధనిਆ ਪਾਊਡਰ ਲਵਾਂਗੇ ਔਰ 1/4 ਚਮਚ ਹੀ ਅਸੀਂ ਜੀਰਾ ਪਾਊਡਰ ਲਵਾਂਗੇ ਔਰ ਬਾਕੀ ਦੇ ਇੰਗਰੀਡੀਅੰਟਸ ਨੇ ਉਹ ਵੀ ਐਡ ਕਰ ਲੈਨੇ ਆਂ ਪਹਿਲੇ ਅਸੀਂ ਦਨੀਆ ਐਡ ਕਰ ਲੈਨੇ ਆਂ ਫਰੈਸ਼ ਕੋਰੀਂਡਰ ਟਮਾਟਰ ਐਡ ਕਰ ਲੈਨੇ ਆਂ ਚੌਪ ਕੀਤੇ ਹੋਏ ਪਿਆਜ਼ ਐਡ ਕਰ ਲੈਨੇ ਆਂ ਔਰੇ ਦਿਨਾਲੀ ਹਰੀ ਮਿਰਚ ਐਡ ਕਰ ਲੈਨੇ ਆ ਬਿਲਕੁਲ ਆਪਣੇ ਟੇਸਟ ਦੇ ਅਕੋਰਡਿੰਗ ਔਰ ਅਸੀਂ ਥੋੜਾ ਜਿਹਾ ਲੈਮਨ ਜੂਸ ਐਡ ਕਰ ਲੈਨੇ ਆ ਤੇ ਸਾਰੇ ਇਨਗਰੀਡੀਅੰਟਸ ਅਸੀਂ ਐਡ ਕਰ ਲਏ ਨੇ ਅਚੀ ਤਰ੍ਹਾਂ ਅਸੀਂ ਇਹਨੂੰ ਕੰਬਾਈਨ ਕਰ ਲੈਨੇ ਆ ਤਾਂ ਕਿ ਸਾਰੇ ਇਨਗਰੀਡੀਅੰਟਸ ਅਚੀ ਤਰ੍ਹਾਂ ਦੇਚ ਇੱਕਜਾਨ ਹੋ ਜਨ ਔਰ ਮਿਕਸ ਕਰਨਾ ਤੇ ਬਹੁਤ ਇੰਪੋਰਟੈਂਟ ਏ ਫਾਈਨਲੀ ਅਚਿਤਨਾ ਮਿਕਸ ਕਰ ਚੁੱਕੀਆਂ ਕਬਾਬ ਬਣਾਉਣਾ ਸ਼ੁਰੂ ਕਰਨੇ ਆ ਇਸ ਤਰ੍ਹਾਂ ਅਸੀਂ ਹਥੇਲੀ ਤੇ ਪੋਟੈਟੋਸ ਦਾ ਮਿਕਸਚਰ ਲਵਾਂਗੇ ਔਰ ਰਾਉਂਡ ਸ਼ੇਪ ਚ ਅਸੀਂ ਇਹਨੂੰ ਕਬਾਬ ਦੀ ਸ਼ਕਲ ਦਵਾਂਗੇ ਔਰ ਇਸੇ ਤਰ੍ਹਾਂ ਸੀ ਬਾਕੀ ਦੇ ਮਿਕਸਚਰ ਦੇ ਵੀ ਕਬਾਬ ਬਣਾ ਲਵਾਂਗੇ ਬਿਸਮਿਲਲਾ ਮਿਕਸਰ ਅਸੀਂ ਜ਼ਿਆਦਾ ਨਹੀਂ ਲਵਾਂਗੇ ਸਮੂਥਲੀ ਅਸੀਂ ਇਸੇ ਤਰ੍ਹਾਂ ਬਾਕੀ ਦੇ ਮਿਕਸਰ ਦੇ ਵੀ ਕਬਾਬ ਰੈਡੀ ਕਰ ਲਵਾਂਗੇ ਤੇ ਜੀ ਫਾਈਨਲੀ ਅਲਹਮਦੁਲਿਲਾ ਰੈਡੀ ਨੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਲਿਹਾਜ਼ਾ कोटिंग वास्ते असी मैदा ले आए मेदे च वन बाय वन असी इन कोट कर लवेंगे क्योंकि असी ब्रैड क्रम्स नहीं यूज़ कर रहे फ्राई कर लेने या, वन बाय वन असी बहुत कम ऑयल से इन फ्राई करा और तीन तो 4 ਮਿੰਟ ਬਾਅਦ ਅਸੀਂ ਫਲਿੱਪ ਕਰਾਂਗੇ ਔਰ ਉਤਨੀ ਦੇਰ ਤੱਕ ਫਰਾਈ ਕਰਾਂਗੇ ਜਬ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਫਲਿੱਪ ਕਰਾਂਗੇ ਤਾਂ ਕਿ ਕਬਾਬ ਜਿਹੜੇ ਨੇ ਔਰ ਦੋਨਾਂ ਸਾਈਡਾਂ ਤੋਂ ਅੱਛੀ ਤਰ੍ਹਾਂ ਪੱਕ ਜਾਣ ਰਮਜ਼ਾਨੁਲ ਮੁਬਾਰਕ ਦੀ ਇਹ ਸਪੈਸ਼ਲ ਰੈਸিপি ਏ ਲਿਹਾਜ਼ਾ ਹਰ ਕੋਈ ਇਹਨੂੰ ਖਾਣਾ ਬਹੁਤ ਜ਼ਿਆਦਾ ਪਸੰਦ ਕਰਦਾ ਏ लिहाजा तीस इस रेसिपी ज़रूर ट्राई करो और तुसी देख सकते हो कि कलर चेंज हो गया है लिहाजा युव करने लिए तैयार ने ते जे वीडियो चंगी लगी है वीडियो में जरूर लाइक करियो अगर तुम इस चैनल से नवे आयो सबसक्राइब ज़रूर करो इन शाला मिलेंगे एक नई रैसिपी के तब तक ले अल्लाह हाफिज़ अल्ला मुहमद इनबाला मुहमद